वेलकम है डीयर स्टूडेंट्स अच्छा एच सी एफ एंड एलसीएम ऑफ फ्रैक्शन द फाइंड आउट करा देखो बेटा आपदा फाइंड आउट करना है अपने को एच सी ऑफ फ्रैक्शन जो आप एच सी एफ़ फाइंड आउट करते हैं फॉर्मूला हों अपने को ऑफ न्यूमीनेटर बाय एलसीएम ऑफ डिनोमीनेटर्स ठीक है हम अपने को कोजांपल आ फाइंड एच सी एफ ऑफ सिक्स बाय सैवन टू बाय फाइव ट्वेंटी बाय ट्वेंटी वन फोटीन बाय थ्री ਨਿਊਮੀਨੇਟਰਸ ਮਤਲਬ ਅੰਸ਼ ਠੀਕ ਹੈ ਜਿਵੇਂ 6/7 ਆ ਇਹ ਚ ਨਿਊਮੀਨੇਟਰ ਅੰਸ਼ ਕੀ ਹੈ ਆਪਣੇ ਕੋਲ 6 ਡਿਨੋਮੀਨੇਟਰ ਹਰ ਕਿੰਨਾ ਆਪਣੇ ਕੋਲ 7 ਠੀਕ ਹੈ ਬੇਟਾ 6 ਹੋ ਗਿਆ ਆਪਣੇ ਕੋਲ ਨਿਊਮੀਨੇਟਰ ਅੰਸ਼ 7 ਕੀ ਆਪਣੇ ਕੋਲ ਡਿਨੋਮੀਨੇਟਰ ਹਰ ਹੁਣ ਆਪਾਂ ਇਹ ਸਾਰੇ ਫ੍ਰੈਕਸ਼ਨਸ ਦਾ ਐਚसीएफ ਫਾਈਂਡ ਆਊਟ ਕਰਨਾ ਪਹਿਲਾਂ ਆਪਾਂ ਐਚसीएफ ਆਫ ਨਿਊਮੀਨੇਟਰਸ ਕੱਢਦੇ ਆਂ ਦੇਖੋ ਬੇਟਾ ਨਿਊਮੀਨੇਟਰਸ ਦਾ ਐਚसीएफ ठीक है अपने कोल है न्योमीनेटर जिमें सिक्स आठ ठीक है टू आ ट्वेंटी आर कि अपने को फोर्टीन आठ ठीक है यदा आप से फाइंड आउट करना पहला फैक्टर बनाओ सिक्स से फैक्टर बन गया अपने को वन इंटू थ्री इंटू टू ठीक है टू दे फैक्टर बन गया अपने को वन इन टू ठीक है ट्वेंटी के फैक्टर बन गए अपने को वन इन टू इंटू टू इंटू फाइव 14 ਦੇ ਫੈਕਟਰ ਬਣ ਗਏ ਆਪਣੇ ਕੋਲ 1 2 7 ਹੁਣ ਇਹਦਾ ਐਚसीएफ ਕੀ ਹੋਏਗਾ ਹਾਈएस्ट ਕਾਮਨ ਫੈਕਟਰ ਜਿਹੜੀ ਰਕਮ ਤਿੰਨਾ ਵਿੱਚ ਸਾਂ ਸਾਰਾ ਚਾਰਾਂ ਵਿੱਚ ਸਾਂਝੀ ਆ ਤੇ ਲੋਰਵਾਰਾ ਦੇਖੋ ਇਹ ਚ 2 1 ਟਾਈਮ ਆ ਇਹ ਚ 2 1 ਟਾਈਮ ਆ ਇਹ ਚ 2 2 ਟਾਈਮ ਆ ਤਾਂ ਪਰ ਲੋਰ ਪਾਵਰ ਚੱਕਨੀ ਆ 2 ਕੋਈ ਕਾਮਨ ਇੱਕ ਟਾਈਮ ਹੀ ਆ ਇਹ ਇਹ ਚ ਵੀ 2 ਸਿੰਗਲ ਟਾਈਮ ਤਿੰਨਾ ਵਿੱਚ ਇੱਕ ਵਾਰ 2 ਕਾਮਨ ਆ ਗਿਆ ਇਹਦਾ ਮਤਲਬ ਐਚसीएफ ਕਿੰਨਾ ਆ ਗਿਆ ਆਪਣੇ ਕੋਲ 2 ਠੀਕ ਹੈ ਹੁਣ ਆਪਾਂ ਐਲਸੀਐਮ ਆਫ ਡਿਨੋਮੀਨੇਟਰ ਫਾਈਂਡ ਆਊਟ ਕਰਾਂਗੇ ਦੇਖੋ ਹੁਣ ਆਪਾਂ ਐਲਸੀਐਮ ਕੱਢਦੇ ਆਂ ਡਿਨੋਮੀਨੇਟਰਸ ਦਾ ਜਿਵੇਂ 7 ਆ 5 ਆ 21 ਆ ਤੇ 3 ਆ 7 ਦੇ ਫੈਕਟਰ ਬਣਾਓ 1 7 5 ਦੇ ਫੈਕਟਰ ਬਣ ਗਏ 1 5 21 ਦੇ ਫੈਕਟਰ ਬਣ ਗਏ 1 into 3 into 7 ਠੀਕ ਹੈ 3 ਦੇ ਫੈਕਟਰ ਬਣ ਗਿਆ ਆਪਣੇ ਕੋਲ 1 3 ਹੁਣ ਆਪਾਂ ਐਲਸੀਐਮ ਕੱਢਣਾ ਹੈ ਐਲਸੀਐਮ ਕੀ ਹੁੰਦਾ ਜਿਹੜੀ ਰਕਮ ਕਾਮਨ ਆ ਦੋ ਸਾਰਿਆਂ ਚ ਕਾਮਨ ਆ ਉਹਦੀ ਹਾਇਰ ਪਾਵਰ ਚੱਕੀਦੀ ਆ ਠੀਕ ਹੈ ਦੇਖੋ ਜਿਵੇਂ 3 ਐਚ ਦੋਨਾਂ ਚ ਕਾਮਨ ਆ ਪਰ ਸਾਰਿਆਂ ਚ ਤਾਂ ਕਾਮਨ ਹੈ ਨਹੀਂ ਭਾਜੀ ਚ ਵੀ ਕਾਮਨ ਆ ਉਹਦੀ ਹਾਇਰ ਪਾਵਰ ਮੰਨ ਲਓ ਜੇ ਇਸ ਇੱਕ ਇੱਕ ਰਕਮ ਦੇ ਵਿੱਚ 3 ਟੂ ਟਾਈਮਸ ਹੁੰਦਾ ਇੱਕ ਚ 1 ਟਾਈਮ ਆ ਤਾਂ ਆਪਾਂ 3 ਟੂ ਟਾਈਮ ਚੱਕ ਦੇ ਠੀਕ ਹੈ ਹੁਣ ਆਪਣੇ ਕੋਲ ਕਾਮਨ ਦੇ ਵਿੱਚ ਸਾਰੇ ਸਿੰਗਲ ਸਿੰਗਲ ਵਾਰੀ ਆ ਇਹ ਤਾਂ 3 ਕਿੰਨਾ ਆ ਗਿਆ ਐਲਸੀਐਮ ਕਰੋ 3 ਆ ਗਿਆ ਬੇਟਾ ਹੋਰ ਕਿੰਨਾ ਆ ਗਿਆ 7 ਇਹਨਾਂ ਦੋਨਾਂ ਵਿੱਚੋਂ ਇੱਥੋਂ 7 ਚੱਕ ਲਾਂਗੇ ਤੇ ਇੱਕ 5 ਆਪਣੇ ਕੋਲ ਬਾਕੀ ਬਚ ਗਿਆ ਠੀਕ ਹੈ ਉਹ ਚੱਕ ਲਾਂਗੇ ਦੁਬਾਰੇ ਸੁਣੋ ਐਲਐਮ ਕੀ ਹੁੰਦਾ ਜਿਹੜੀ ਰਕਮ ਕਾਮਨ ਆ ਉਹਦੀ ਹਾਇਰ ਪਾਵਰ ਚੱਕੀਦੀ ਹੁੰਦੀ ਆ ਮਤਲਬ ਵਲਟ ਟਾਈਮ ਚੱਕੀਦਾ ਹੁੰਦਾ ਉਸ ਤੋਂ ਬਾਅਦ ਬਿਨਾਂ ਜਿਹੜੇ ਕਾਮਨ ਨਹੀਂ ਹੈਗੀਆਂ ਜਿਹੜੇ ਬਚ ਗਈਆਂ ਉਹ ਵੀ ਨਾਲ ਲਈ ਦਿਆਂ ਨੇ हूँ सैवन ओ थ्री ना किता ट्वेंटी वन ट्वेंटी वन ओ फाइव ना कि आ गया अपने को वन हंडर्ड फाइव एलसिम कि आ गया अपने को वन हंडर्ड फाइव देखो बेटा हूँ अपने कोल बन गया एच सी ऑफ फ्रैक्शन फार्मूला की से अपने कोल एच सी ऑफ नोमीनेटर्स किडिया से अपने टू बटा एलसीम ऑफ डिनोमीनेटर वो आप कि क्या वन हंडर्ड फाइव अपने को आंसर कि आ गया टू बाय वन फाइव अगला क्वेश्चन देखो ਅੱਗੇ ਹੈ ਆਪਣੇ ਕੋ ਹੁਣ ਆਪਾਂ ਐਲਸੀਐਮ ਕੱਢਣਾ ਆ ਫ੍ਰੈਕਸ਼ਨਸ ਦਾ ਠੀਕ ਹੈ ਐਸੀਐਮ ਆਫ ਫ੍ਰੈਕਸ਼ਨਸ ਇਹਦਾ ਫਾਰਮੂਲਾ ਕੀ ਹੁੰਦਾ ਐਲਸੀਐਮ ਆਫ ਨਿਊਮਿਨੇਟਰਸ ਬਟ ਅ ਐਚਸੀ ਆਫ ਆਫ ਡਿਨੋਮੀਨੇਟਰਸ ਹੁਣ ਪਹਿਲਾਂ ਆਪਾਂ ਨਿਊਮਿਨੇਟਰਸ ਦਾ ਐਲਸੀਐਮ ਫਾਈਂਡ ਆਊਟ ਕਰਦੇ ਆ ਕਿਹਦਾ ਕੱਢਾਂਗੇ ਨਿਊਮਿਨੇਟਰਸ ਕਿਹੜ ਨੇ ਆਪਣੇ ਕੋਲ 2 9 ਤੇ 4 ਠੀਕ ਹੈ 2 ਦੇ ਫੈਕਟਰ ਬਣਾਓ 1 2 9 ਦੇ ਫੈਕਟਰ ਬਣਾਓ 1 3 3 ਠੀਕ ਹੈ 4 ਦੇ ਫੈਕਟਰ ਬਣਾਓ 1 into 2 into 4 ਹੁਣ ਆਪਾਂ ਐਲਸੀਐਮ ਫਾਈਂਡ ਆਊਟ ਕਰਨਾ ਦੇਖੋ ਇਹ ਚ 2 2 ਟਾਈਮਸ ਆ ਇਹ ਚ 2 1 ਟਾਈਮ ਆ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਹਾਇਰ ਪਾਵਰ ਚੱਕੀਦੀ ਆ ਜਦੋਂ ਆਪਾਂ ਐਲਸੀਐਮ ਫਾਈਂਡ ਆਊਟ ਕਰਦੇ ਆ ਦੋ ਵਾ 2 ਚੱਕਿਆ ਜਾਏਗਾ ਕਿਉਂਕਿ ਨਾ ਦੋਨਾਂ ਚ ਕਾਮਨ ਸੀ ਹੁਣ 3 ਦਾ ਕਿਸੇ ਚ ਕਾਮਨ ਹੈ ਨਹੀਂ ਇਹ ਬਾਕੀ ਬਚ ਗਏ ਤੇ ਨਾਲ ਚੱਕੇ ਜਾਣਗੇ 3 3 2 ਨੂੰ 2 ਨਾਲ ਕੀਤਾ 4 4 ਨੂੰ 3 ਨਾਲ ਕੀਤਾ 12 12 ਨੂੰ 3 ਨਾਲ ਕੀਤਾ ਕਿੰਨਾ ਆ ਗਿਆ ਆਪਣੇ ਕੋਲ 36 ਠੀਕ ਹੈ ਐਲਸੀਐਮ ਕਿੰਨਾ ਆ ਗਿਆ ਆਪਣੇ ਕੋਲ 36 ਹੁਣ ਆਪਾਂ ਐਚसीएफ ਫਾਈਂਡ ਆਊਟ ਕਰਦੇ ਹਾਂ ਠੀਕ ਹੈ ਐਚसीएफ ਦੇਖੋ ਬੇਟਾ ਐਚसीएफ ਕਿਦਾ ਕਰਨਾ ਡਿਨੋਮੀਨੇਟਰਸ ਮਤਲਬ 21 ਦਾ 4 ਦਾ ਤੇ 3 ਦਾ ਫੈਕਟਰ ਬਣਾਓ 21 ਦੇ ਫੈਕਟਰ ਕੀ ਬਣਗੇ 1 3 7 4 ਦੇ ਫੈਕਟਰ ਕੀ ਬਣਗੇ 1 into 2 into 2 3 ਦੇ ਫੈਕਟਰ ਬਣ ਗਏ 1 3 ਠੀਕ ਹੈ ਹੁਣ ਆਪਾਂ ਐਚ ਸੀ ਐਫ ਕੱਢਣਾ ਹਾਈਐਸਟ ਕਾਮਨ ਫੈਕਟਰ ਦੇਖੋ ਤਿੰਨਾ ਵਿੱਚ ਕੁਝ ਵੀ ਕਾਮਨ ਨਹੀਂ ਹੈ ਠੀਕ ਹੈ ਤੇ ਆਪਣੇ ਕੋਲ ਹਾਈਐਸਟ ਕਾਮਨ ਫੈਕਟਰ ਕੀ ਆ ਜਾਊਗਾ 1 ਜਦੋਂ ਕਿਸੇ ਦਾ ਕੋਈ ਵੀ ਕਾਮਨ ਨਹੀਂ ਹੁੰਦਾ ਕਿਉਂਕਿ 1 ਤਾਂ ਹਰ ਇੱਕ ਦਾ ਫੈਕਟਰ ਹੈਗਾ ਹੀ ਆ ਠੀਕ ਹੈ ਤਾਂ ਹਾਈਐਸਟ ਕਾਮਨ ਫੈਕਟਰ ਕਿੰਨਾ ਆ ਗਿਆ ਆਪਣੇ ਕੋਲ 1 ਠੀਕ ਹੈ ਹੁਣ ਆਪਾਂ ਨਾ ਫਾਰਮूला ਲਗਾਉਣੇ ਆ ਫਾਰਮੂਲੇ 'ਚ ਦੇਖੋ ਆਪਣੇ ਕੋਲ ਸੀਗਾ ਐਸਿਮ ਆਫ ਫ੍ਰੈਕਸ਼ਨਸ एलसीएम ऑफ न्यूमिनेटर्स अ पएसिम ऑफ न्यूमिनेटर्स कितना कड्या ਸੀਗਾ 36 एचसीएफ टू नोमिनेटर्स कितना कड्या ਸੀ ਆਪਾਂ ਨੇ 1 ਆਪਣਾ ਕਿਉਂ ਕਿੰਨਾ ਆਨਸਰ ਆ ਗਿਆ 36 ਠੀਕ ਹੈ ਬੇਟਾ ਇਸ ਕਨਸੈਪਟ ਨੂੰ ਧਿਆਨ ਨਾਲ ਸਮਝ ਲਿਓ ਠੀਕ ਹੈ ਤੇ ਕਾਪੀਆਂ ਉੱਪਰ ਨੋਟ ਕਰ ਲਿਓ ਥੈਂਕ ਯੂ